ਸਾਡਾ ਜਿਹੜਾ ਦੋਨਾਂ ਏਰੀਆ ਪਿਛਲੀ ਵਾਰੀ ਬੜਾ ਕਮਜ਼ੋਰ ਰਹਿ ਗਿਆ ਸੀ ਇਸ ਕਰਕੇ ਅੱਜ ਚੀਮਾ ਜੀ ਦਾ ਇੱਕ ਪ੍ਰੋਗਰਾਮ ਆਪਾਂ ਦੋਨੇ ਦੇ ਵਿੱਚ ਮੱਲੀਆਂ ਕਲਾਂ ਦੇ ਵਿੱਚ ਰੱਖਿਆ ਸੀ ਜਿੱਥੇ ਕੋਈ 2-250 ਦਾ ਇਕੱਠ ਉੱਥੇ ਸੀਗਾ ਉਹਦਾ ਮਕਸਦ ਉੱਥੇ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਣਾ ਕਿ ਆਮ ਆਦਮੀ ਪਾਰਟੀ ਬੇਸ਼ੱਕ ਲੀਡਰ ਭੱਜ ਜਾਂਦੇ ਨੇ ਔਰ ਉਹਨਾਂ ਲੀਡਰਾਂ ਨੇ ਭੱਜਣਾ ਹੀ ਹੁੰਦਾ ਆ ਜਿਨ੍ਹਾਂ ਦੀਆਂ ਮਹੱਤਵ ਆਕਾਂਕਸ਼ਾਵਾਂ ਜਿਹੜੀਆਂ ਨੇ ਉਹ ਅਕਾਲੀ ਤੇ ਕਾਂਗਰਸੀਆਂ ਵਾਲੀਆਂ ਦੀ ਜਿਨ੍ਹਾਂ ਦੀ ਬਿਰਤੀ ਆ ਉਹ ਨਹੀਂ ਰਹਿਣੇ ਆਮ ਆਦਮੀ ਪਾਰਟੀ ਦੇ ਵਿੱਚ ਔਰ ਸਾਨੂੰ ਉਹਦਾ ਕੋਈ ਦੁੱਖ ਵੀ ਨਹੀਂ ਮਨਾਉਣਾ ਚਾਹੀਦਾ ਉਹ ਜਿੰਨੀ ਜਲਦੀ ਚਲੇ ਜਾਣ ਉਹਨਾਂ ਚੰਗਾ ਕਿਉਂਕਿ ਅਸੀਂ ਪਹਿਲਾਂ ਹੀ ਭੁਗਤਦੇ ਪਏ ਹਾਂ ਧਨਾੜ ਜਿਹੜੇ ਬਣ ਗਏ ਤੁਹਾਡਾ ਸਭ ਕੁਝ ਖਾ ਖਾ ਕੇ ਇਸ ਕਰਕੇ ਆਏ ਗਏ ਲੀਡਰਾਂ ਦੀ ਓਨੀ ਚਿੰਤਾ ਨਹੀਂ ਕਰਨੀ ਅਸੀਂ ਵੋਟਰ ਨੂੰ ਆਪਣੇ ਨਾਲ ਜੋੜਨਾ ਆਪਾਂ ਇੱਕ ਸੋਚ ਨੂੰ ਅੱਗੇ ਲੈ ਕੇ ਚੱਲਣਾ ਅਸੀਂ ਪੰਜਾਬ ਨੂੰ ਬਚਾਉਣ ਵਾਸਤੇ ਆਪਣੀ ਸੋਚ ਅੱਗੇ ਲੈ ਕੇ ਚੱਲਣੀ ਹੈ ਕੇਜਰੀਵਾਲ ਜੀ ਨੂੰ ਜਿਵੇਂ ਉਹ ਹਰ ਪ੍ਰੋਗਰਾਮ ਦੇ ਵਿੱਚ ਆਪਣਾ ਕਹਿੰਦੇ ਨੇ ਕਿ ਇੱਕ ਮੌਕਾ ਕੇਜਰੀਵਾਲ ਜੀ ਨੂੰ ਅਸੀਂ ਪਿਛਲੇ 75 ਸਾਲਾਂ ਤੋਂ ਦੋਨਾਂ ਹੀ ਪਾਰਟੀਆਂ ਤੋਂ ਲੁੱਟ ਪੁੱਟ ਹੋ ਰਹੇ ਹਾਂ ਲੀਡਰ ਹੱਦ ਤੋਂ ਵੱਧ ਮਜ਼ਬੂਤ ਹੋ ਗਏ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਜਿਹੜਾ 3 ਟਾਈਮ ਰੱਜ ਕੇ ਰੋਟੀ ਖਾਂਦਾ ਜਿਹਦੇ ਕੋਲ ਆਪਣੇ ਮਾੜੇ ਮੋਟੇ ਸੁੱਖ ਸਾਧਨ ਦੇ ਆਉਣ ਜਾਣ ਦਾ ਸਾਧਨ ਆ ਅਸੀਂ ਉਹਨੂੰ ਅਮੀਰ ਮੰਨਦੇ ਹਾਂ ਕਿਉਂਕਿ ਉਹ 10 ਨੌਹਾਂ ਦੀ ਕਿਰਤ ਦੇ ਨਾਲ ਇੰਨੀ ਕੁ ਅਮੀਰੀ ਆਪਣੀ ਲੈ ਲੈਂਦਾ ਪਰ ਹੁਣ ਅਮੀਰ ਸ਼ਬਦ ਤੋਂ ਉੱਪਰ ਨਿਕਲੀਆਂ ਹੋਈਆਂ ਇਹ ਦੋਨੋਂ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦੀ ਪੰਜਾਬੀਅਤ ਦਾ ਨੌਜਵਾਨੀ ਦਾ ਰੋਜ਼ਗਾਰ ਦਾ ਨਸ਼ਿਆਂ ਦਾ ਰੇਤਾ ਮਾਫੀਆ ਟਰਾਂਸਪੋਰਟ ਮਾਫੀਆ ਔਰ ਮਾਫੀਆ ਦੇ ਨਾਂ ਦੇ ਉੱਤੇ ਇੰਨਾ ਕੁ ਮਾਫੀਆ ਨੂੰ ਪਾਪੂਲਰ ਕਰ ਦਿੱਤਾ ਪਿਛਲੇ 15-20 ਸਾਲਾਂ ਦੇ ਵਿੱਚ ਕਿ ਹਰ ਇਨਸਾਨ ਜਿਹੜਾ ਹਜੇ 18 ਸਾਲ ਨਹੀਂ ਟੱਪਿਆ ਉਹਨੂੰ ਮਾਫੀਆ ਦਾ ਮਤਲਬ ਪਤਾ ਲੱਗ ਗਿਆ ਔਰ ਇਸ ਸਭ ਕਾਸੇ ਦਾ ਜਿਹੜਾ ਸ਼੍ਰੇਅ ਆ ਇਸ ਸਭ ਕਾਸੇ ਦੀ ਜਿਹੜੀ ਜਿਹੜਾ ਉਹਦਾ ਪੰਜਾਬੀ ਦੇ ਵਿੱਚ ਸ਼ਬਦ ਨਹੀਂ ਉੱਡਦਾ ਕਿ ਉਹਦਾ ਜਿਹੜਾ ਜਿੰਨਾ ਮਾਣ ਸਤਿਕਾਰ ਦਿੱਤਾ ਜਾਵੇ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਵੇ ਕਿਉਂਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਲੋਕਾਂ ਨੂੰ ਰੇਤਾ ਵਾਸਤੇ ਜਾਗਰੂਕ ਕੀਤਾ ਕਿ ਉੱਥੋਂ ਕੀ ਖਾਧਾ ਜਾ ਰਿਹਾ ਲੋਕਾਂ ਨੂੰ ਸ਼ਰਾਬ ਦੇ ਜਾਗਰੂਕ ਕੀਤਾ ਉੱਥੋਂ ਕੀ ਖਾਧਾ ਜਾ ਰਿਹਾ ਲੀਡਰਾਂ ਦੀ ਅਮੀਰੀ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਇਹ ਕਿਉਂ ਅਮੀਰ ਹੋਈ ਜਾਂਦੇ ਆ ਤੇ ਅਸੀਂ ਕਿਉਂ ਗਰੀਬ ਹੋਈ ਜਾਂਦੇ ਹਾਂ ਅੱਜ ਆਪਾਂ ਕੇਜਰੀਵਾਲ ਸਾਹਿਬ ਦੀਆਂ 3 ਗਰੰਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਸਭ ਤੋਂ ਅਹਿਮ ਗਰੰਟੀ ਜਿਹੜੀ ਔਰਤਾਂ ਦਾ ਸਤਿਕਾਰ ਜਿਹੜਾ ਕੀਤਾ ਗਿਆ ਮੈਂ ਇਹ ਸਮਝਦੀ ਹਾਂ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਜੇ ਕਿਸੇ ਲੀਡਰ ਨੇ ਔਰਤਾਂ ਬਾਰੇ ਸੋਚਿਆ ਔਰਤਾਂ ਹਮੇਸ਼ਾ ਕਹਿੰਦੀਆਂ ਹੁੰਦੀਆਂ ਸੀ ਕਿ ਬੰਦਿਆਂ ਨੂੰ ਬੜਾ ਕੁਛ ਮਿਲ ਜਾਂਦਾ ਪਰ ਸਾਡੀ ਬਾਤ ਕੋਈ ਨਹੀਂ ਪੁੱਛਦਾ ਵੋਟਾਂ ਸਭ ਤੋਂ ਵੱਧ ਸਾਡੀਆਂ ਜਿੱਥੇ ਮਜ਼ਬੂਤੀ ਦੇ ਨਾਲ ਪੈਂਦੀਆਂ ਕਿ ਸਾਨੂੰ ਕਦੀ ਕਿਸੇ ਨੇ ਕੋਈ ਮਾਣ ਸਨਮਾਨ ਨਹੀਂ ਦਿੱਤਾ ਔਰ ਇਹ ਐਡਾ ਕੁ ਮਾਣ ਸਨਮਾਨ ਹੈ ਇਹ 1000 ਰੁਪਏ ਪਰ ਔਰਤ ਦੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਦੇ ਖਾਤਿਆਂ ਦੇ ਵਿੱਚ ਜਾਣਾ ਮੈਂ ਪਿਛਲੀਆਂ 2 ਗਰੰਟੀਆਂ ਬਾਰੇ ਵੀ ਗੱਲ ਕਰੂੰਗੀ ਪਹਿਲੀ ਗਰੰਟੀ ਬਿਜਲੀ ਦੀ ਜਦੋਂ ਅਸੀਂ ਪਹਿਲੀ ਗਰੰਟੀ ਦੇ ਨਾਲ ਗੱਲ ਕਰਾਂਗੇ ਤਾਂ ਉਹਦੇ ਨਾਲ ਨਾਲ ਹੋਣ ਵਾਲੀ ਸਰਕਾਰ ਚੰਨੀ ਸਰਕਾਰ ਦਾ ਜਿਹੜਾ ਝੂਠ ਦਾ ਭਾਂਡਾ ਵੀ ਨਾਲ ਨਾਲ ਭੰਨਾਂਗੇ ਕੇਜਰੀਵਾਲ ਸਾਹਿਬ ਨੇ ਕਰਕੇ ਦਿਖਾਇਆ ਦਿੱਲੀ ਦੇ ਵਿੱਚ ਉਹਨਾਂ ਨੇ ਜੀਰੋ ਦੇ ਬਿੱਲ ਲਿਆ ਕੇ ਦਿਖਾਉਂਦੇ 1,00,000 ਬਿੱਲ ਉਹਨਾਂ ਨੇ ਪੰਜਾਬ ਦੇ ਵਿੱਚ ਪੇਸ਼ ਕੀਤਾ ਕਿ ਇਹ ਨੇ ਮੇਰਾ ਕੀਤਾ ਹੋਇਆ ਕੰਮ ਜਿਹੜੇ ਲੋਕਾਂ ਦੇ ਜੀਰੋ ਬਿੱਲ ਆਉਂਦੇ ਨੇ ਚੰਨੀ ਸਾਹਿਬ ਨੇ ਜਿਹੜਾ ਕੰਮ ਕੀਤਾ ਲੋਕਾਂ ਨੂੰ ਇੱਕ ਧੋਖਾ ਜਿਹਨੂੰ ਸਰਾਸਰ ਧੋਖਾ ਕਹਿ ਲਓ ਮੈਨੂੰ ਸਵੇਰ ਤੋਂ ਪਤਾ ਨਹੀਂ ਕਿੰਨੇ ਫੋਨ ਆ ਚੱਕੇ ਆ ਤੇ ਪਿਛਲੇ ਦਿਨਾਂ ਦੇ ਕਿੰਨੇ ਫੋਨ ਆ ਰਹੇ ਆ ਕਿ ਜੀ ਪਹਿਲਾਂ ਬਿੱਲ ਸਾਡਾ ਘੱਟ ਭੇਜ ਕੇ ਹੁਣ ਸਾਡਾ ਪੂਰੇ ਦਾ ਪੂਰਾ ਬਿੱਲ ਆ ਗਿਆ ਇੱਕ ਤੁਹਾਨੂੰ ਮੈਂ ਉਹਦੇ ਬਾਰੇ ਇੱਕ ਸਿੱਧੀ ਸਿੱਧੀ ਗੱਲ ਸਮਝਾ ਦਿਆਂ ਕਿ ਜਿਹੜਾ ਪੰਜਾਬ ਦਾ ਬਿਜਲੀ ਮਹਿਕਮਾ ਉਹ ਪ੍ਰਾਈਵੇਟ ਹੈ ਕੋਈ ਵੀ ਪ੍ਰਾਈਵੇਟ ਅਦਾਰਾ ਤੁਹਾਨੂੰ ਆਪਣੇ ਆਪ ਬਿਜਲੀ ਮੁਫਤ ਨਹੀਂ ਦੇਗਾ ਪ੍ਰਾਈਵੇਟ ਅਦਾਰਾ ਕਹਿੰਦਾ ਕਿ 18,000 ਕਰੋੜ ਰੁਪਇਆ ਸਰਕਾਰ ਮੈਨੂੰ ਦੇ ਦੇ ਤੇ ਮੈਂ ਮੁਫਤ ਬਿਜਲੀ ਪ੍ਰੋਵਾਈਡ ਕਰਵਾ ਦੂੰਗਾ ਹੁਣ ਤੁਸੀਂ ਦੱਸੋ ਮੈਨੂੰ ਮੰਤਰੀ ਸਾਹਿਬ ਦੇ ਖਜ਼ਾਨੇ ਖਾਲੀ ਸਿਰਫ ਐਲਾਨ ਮੰਤਰੀ ਬਣ ਕੇ ਰਹਿ ਗਏ ਚੰਨੀ ਸਾਹਿਬ ਤੇ ਕਿਵੇਂ ਆਪਾਂ ਨੂੰ ਬਿਜਲੀ ਦੇਣਗੇ ਉਹਨਾਂ ਨੇ ਇੱਕ ਕੈਪ ਲਗਾ ਦਿੱਤੀ ਉਹਨਾਂ ਨੂੰ ਜਿਹੜੀ ਬਿਜਲੀ ਮਹਿਕਮੇ ਦੀ ਭਾਸ਼ਾ ਆ ਕਿ ਜਦੋਂ ਪੁਰਾਣੇ ਬਿੱਲ ਰੋਕਣੇ ਹੋਣ ਉਹਨੂੰ ਕਹਿ ਦਿੰਦੇ ਕਿ ਜੀ ਕੈਪ ਲਗਾ ਦਿੱਤਾ
कैप खुल के दोबारा थोड़े सिर ते पैनी है जी। कोई इस भुलेखे च ना रहो कि थानू बिल घट आउणगे जां थोड़ा कोई बिजली दा बिल जीरो आएगा, लेकिन केजरीवाल साहब जो कहिंदे ओह करके दिखाउंदे। उन्होंने दिल्ली दे विच करके दिखाया, असीं दिल्ली दी उस उदाहरण नूं लैके पंजाब दे विच इह सारा काम करना ते केजरीवाल साहब दी सोच ते पहरा देना, उन्होंने पंजाब नूं दिल्ली मॉडल नूं पंजाब दे विच पहरा दे के लोकां तक पहुंचाउणा। दूसरी गारंटी उन्हां दी सेहत संबंधी, अज हर इंसान दवाई की गिरफ्त के वड्डियां-वड्डियां बीमारियां की गिरफ्त के, कोई छोटे बच्चे तो लैके बुजुर्ग तक कोई इंसान नहीं जिहड़ा दवाई नहीं खाता, लेकिन आमदन उत्थे दी उत्थे खड़ी है। बेरोजगारी जिहड़ी साडे पूरे भारत दे नालों सब तो वध बेरोजगारी जिहड़ी पंजाब दे विच, और वह बेरोजगारी जिहड़ी वह दवाइया किवें देगी, वह पढ़ाइया किवें कराऊगी, ये सारिया चीज़ां तुहाडे सामने आ। इहनू देखदे होए तुसीं देखो कि वह वादा करते हैं कि एक पैरासीटामोल की टैबलेट तो लैके जे किसी को 70-80 हज़ार लाख तक का किसी का खर्चा आ वह सरकार करेगी। ये हम जे हाँ तीसरी गारंटी को असं जोड़ लीए भी जो 1-1 हज़ार रुपया पर लेडी के खाते के जाना, चन्नी साहब कहते ये झूठता पलंदा, असं कहने कि चन्नी साहब ने बजूर की झूठता पलंदा। पहला कैप्टन साहब ने गुटका साहब दिया सौह खा के नशा खत्म करन दिया गल्लां कीतियां, कोई सिरे नहीं चढ़ी, और ये अकाल पुरख नूं जदों हाजर नाजर जाण के सौह खाधी जांदी आ। साडे अपने इत्थे मशहूर आ वी सौह झूठी भी माड़ी तो सौह सच्ची भी माड़ी, पर जदों झूठी सौह खाधी तो अज देख लो मोती महल दे विच ते सिस्मा फार्म दे विच उल्लू बोलदे आ, कोई ना कहे कि वी सौह खा के ते असीं कदी बच के बैठ जावांगे। दूसरी सौ जी अकाली दल जरा थां थां जाके साडा दुनिया का सरमौर सिख पंथ की सरमौर दरबार साहब जाके सौ खाते हैं कि जिन्हें बेअदबी करवाई होगा कख ना रहे, और हालात थोड़े सामने ने। अकाली दल हाशिए तो बाहर हो गया, और चन्नी का झूठ किन्ने दिन चलता यह थोड़े ते डिपेंड करता। झूठ झूठ झूठ, एक रुपये का किसी को हजे तक फायदा नहीं होया, और पता नहीं किन्ने अरबा रुपया के बोर्ड लग गया पंजाब दे विच। की ये मशहूरियां जां जिहड़ा वो विधानसभा दे विच एक नूं चोर चोर खेडदे आ उहदे नाल जनता नूं कोई फायदा हो जू? जनता नूं फायदा काम करन दे होणा होणा, जनता नूं फायदा भ्रिष्टाचार ते नठ पाउण दे नाल होणा, जनता नूं फायदा चंगे स्कूलां दा होणा, जनता नूं फायदा चंगे हस्पतालां दा होणा, जनता नूं पूरी सिक्ख्या सारा समाज दा ताणा बाणा बदलन दे नाल होणा। केजरीवाल की सोच जिहड़ी आ उह मानवता साडी इस वेले जिथे पंजाब दी खड़ी उहनूं बदलन दे समर्थ है। रेत माफिया, शराब माफिया ते ट्रांसपोर्ट माफिया, आपां बाकी सारे माफिए जे भुल जाइए, ਇਹ ਤਿੰਨ ਮਾਫੀਆ ਜਿਹੜੇ ਨੇ ਇਹਨਾਂ ਦੇ ਵਿੱਚੋਂ ਇਕੱਲਾ ਰੇਤ ਮਾਫੀਆ ਪੰਜਾਬ ਦਾ 3 ਲੱਖ ਕਰੋੜ ਰੁਪਈਆ ਕਰਜ਼ਾ ਲਾਉਣ ਦੇ ਸਮਰੱਥ ਹੈ, ਇਕੱਲਾ ਰੇਤ ਮਾਫੀਆ। ਪੁੱਛਦੇ ਨੇ ਸਿੱਧੂ ਸਾਹਿਬ ਬੜੀਆਂ ਚੁਟਕਲੇ ਲਾ ਕੇ ਗੱਲਾਂ ਕਰਦੇ ਨੇ ਕਿ ਪੈਸਾ ਕਿੱਥੋਂ ਆਊਗਾ, ਉਹ ਬਈ ਫਿਰ ਤੁਹਾਡਾ ਕੀ ਹੋਣਾ ਹੋਇਆ, ਲੀਡਰਾਂ ਦਾ ਕੀ ਹੋਣਾ ਹੋਇਆ। ਇੱਕ ਸਾਡੇ ਘਰ ਦਾ ਜਿਹੜਾ ਮੁਖੀ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਵਾਸਤੇ ਆਪਣੇ ਘਰ ਦੀ ਆਮਦਨ ਦਾ ਵਾਧਾ ਕਿਵੇਂ ਕਰਨਾ, ਉਹ ਦਿਲ ਤੱਕ ਜ਼ੋਰ ਲਾਉਂਦਾ ਕਿ ਅਸੀਂ ਆਪਣੀ ਆਮਦਨ ਦਾ ਵਾਧਾ ਪਰਿਵਾਰ ਦੀ ਆਮਦਨ ਦਾ ਵਾਧਾ ਕਰਕੇ ਉਹਦੀਆਂ ਸਾਰੀਆਂ ਸੁੱਖ ਸਹੂਲਤਾਂ ਉਹ ਪੂਰੀਆਂ ਕਰਦਾ, ਔਰ ਤਰੱਕੀ ਕਰਕੇ ਉਹਨੂੰ ਕਿਤੇ ਨਾ ਕਿਤੇ ਲੈ ਕੇ ਜਾਂਦਾ ਜੇ ਉਹਦੀ ਨੀਤ ਸਾਫ਼ ਹੋਵੇ ਤਾਂ। ਹੁਣ ਇੱਥੇ ਮਸਲਾ ਹੈਗਾ ਨੀਤ ਦਾ, ਇਹਨਾਂ ਦੋਨਾਂ ਪਾਰਟੀਆਂ ਦੀ ਨੀਤ ਦੇ ਵਿੱਚ ਖੋਟ ਹੈ, ਨੀਤ ਮਾੜੀ ਹੈ, ਲੁੱਟ ਖਸੁੱਟ ਤੋਂ ਬਿਨਾਂ ਇਹਨਾਂ ਦੀ ਪਾਲਿਸੀ ਕੋਈ ਨਹੀਂ, ਇਹਨਾਂ ਦੇ ਝਾਂਸੇ ਤੋਂ ਬਾਹਰ ਨਿਕਲਣਾ, ਔਰ ਆਮਦਨ ਦੇ ਸਰੋਤ ਸਾਡੇ ਸਾਹਮਣੇ ਪਏ ਨੇ ਇਸ ਮੁਲਕ ਦੇ ਵਿੱਚ ਜੇ ਸਭ ਤੋਂ ਮਜ਼ਬੂਤ, ਸਭ ਤੋਂ ਸਰਮਾਏਦਾਰ ਅਤੇ ਸਭ ਤੋਂ ਵੱਧ ਖਣਿਜ ਪਦਾਰਥ ਜੇ ਕਿਸੇ ਸਟੇਟ ਦੇ ਵਿੱਚ ਉਹ ਸਾਡਾ ਪੰਜਾਬ ਹੈ, ਜਿਹਨੂੰ ਦਿਲ ਕਿਹਾ ਜਾਂਦਾ ਹੈ ਸਾਡੇ ਦੇਸ਼ ਦਾ,
ਉਹਦਾ ਹਸ਼ਰ ਕੀ ਕੀਤਾ, ਉਸ ਦਿਲ ਦੇ ਵਿੱਚ ਸ਼ੇਕ ਕਿੰਨੇ ਕੀਤੇ ਆ, ਉਹਨੂੰ ਲਹੂ ਲੁਹਾਨ ਕਿਵੇਂ ਕੀਤਾ। ਇਹ ਕੇਜਰੀਵਾਲ ਸਾਹਿਬ ਦੀ ਸੋਚ ਜਿਹੜੀ ਆ, ਜਿਹੜੀ ਸੱਚ ਤੇ ਖੜੀ ਆ ਔਰ ਕਰਕੇ ਦਿਖਾਉਂਦੀ ਆ। ਕੱਲ ਤੁਸੀਂ ਦੇਖਿਆ ਹੋਣਾ ਕਿ ਮੇਰੀਆਂ ਭੈਣਾਂ, ਮੇਰੇ ਵੀਰ ਜਿਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ, ਪੜ੍ਹਾਈ ਪੂਰੀ ਕਰਕੇ ਟੈਸਟ ਪਾਸ ਕੀਤੇ, ਪਿਛਲੇ 10 ਸਾਲਾਂ ਤੋਂ 10,000 ਰੁਪਈਏ ਤੇ ਗੁਜ਼ਾਰਾ ਕਰਦੇ ਨੇ। ਤੁਸੀਂ ਹੁਣ ਮੈਨੂੰ ਦੱਸੋ ਕਿ ਇੱਕ ਟੀਚਰ ਆਪਣੇ 10,000 ਰੁਪਏ ਦੇ ਨਾਲ ਕਿਵੇਂ ਆਪਣਾ ਗੁਜ਼ਾਰਾ ਕਰ ਲੂਗਾ। ਉਹ 100-100 ਫੁੱਟ ਦੀਆਂ ਟੈਂਕੀਆਂ ਤੇ ਬੈਠੇ ਆ, 100-100 ਫੁੱਟ ਦੀਆਂ ਟੈਂਕੀਆਂ ਤੇ ਬੈਠ ਕੇ ਤੁਸੀਂ ਮੈਨੂੰ ਦੱਸੋ ਬਈ ਉਹ ਆਪਣੇ ਘਰ ਪਰਿਵਾਰ ਕਿਵੇਂ ਚਲਾਉਣਗੇ ਤੇ ਕਿਵੇਂ ਸਾਡੇ ਪੰਜਾਬ ਦਾ ਭਲਾ ਹੋਊਗਾ। ਇਹ ਸਭ ਤੋਂ ਆਪਾਂ ਇਸ ਵੇਲੇ ਮੁੱਖ ਲੈਣੀ ਹੈ ਔਰਤਾਂ ਦੀ ਗਰੰਟੀ। ਪਹਿਲੀ ਵਾਰ ਬੀਬੀਆਂ ਨੂੰ ਇਹ ਮਾਣ ਸਤਿਕਾਰ ਮਿਲਿਆ। ਆਪਣੇ ਪੰਜਾਬ ਦੀ ਔਰਤ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੈ ਮਨੀਸ਼ਾ ਗੁਲਾਟੀ। ਮੇਰੇ ਖਿਆਲ ਹੈ ਉਹਦੀ ਤਨਖਾਹ 1,50,000-2,00,000 ਹੋਊਗਾ, ਉੱਤੋਂ ਦੀ ਉਹਦੇ ਕੋਲ ਭੱਤੇ ਨੇ। ਉਹ ਕਹਿੰਦੀ ਆ ਕਿ ਵੀ ਸਾਡੀਆਂ ਔਰਤਾਂ ਦੇ ਨਾਲ ਖਿਲਵਾੜ ਕੀਤਾ ਗਿਆ, ਉਹਨਾਂ ਦਾ ਅਪਮਾਨ ਕੀਤਾ ਗਿਆ। ਉਸ ਬੀਬੀ ਨੂੰ ਕੋਈ ਪੁੱਛੇ ਵੀ ਤੂੰ 5-4 ਲੱਖ ਰੁਪਈਆ ਮਹੀਨੇ ਦੇ ਤੇਰੇ ਕੋਲ ਸੁੱਖ ਸਾਧ ਨੇ, ਤੈਨੂੰ ਵੀ ਪਤਾ 1,000 ਰੁਪਏ ਦੀ ਕੀਮਤ ਕੀ ਹੁੰਦੀ ਆ। ਮੈਂ ਇਹ ਸਮਝਦੀ ਹਾਂ ਕਿ 1,000 ਰੁਪਏ ਦੇ ਨਾਲ ਬੀਬੀਆਂ ਦਾ ਮਾਨ ਸਨਮਾਨ ਕਿਤੇ ਨਾ ਕਿਤੇ ਜਾਊਗਾ। ਇਹਨਾਂ ਦੀ ਸਮਰੱਥਾ ਜਿਹੜੀ ਆਰਥਿਕਤਾ, ਇਸ ਵੇਲੇ ਸਭ ਤੋਂ ਵੱਡਾ ਹਰ ਇਨਸਾਨ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣ ਦਾ ਹੱਕ ਆ। ਇਹ ਕੋਈ ਅਪਮਾਨ ਨਹੀਂ, ਇਹ ਪਹਿਲੀ ਵਾਰੀ ਇਤਿਹਾਸ ਦੇ ਵਿੱਚ ਕੀਤਾ ਹੋਇਆ ਸਤਿਕਾਰ ਹੈ। ਇਸ ਤੋਂ ਬਾਅਦ ਮੈਂ ਕੁਛ ਜਿਵੇਂ ਜੀ ਕੋਈ ਸਮੱਸਿਆਵਾਂ ਇਸ ਵੇਲੇ ਜਿਹੜੇ ਕਰੰਟ ਅਫੇਅਰ ਨੇ। ਸਭ ਤੋਂ ਪਹਿਲੀ ਗੱਲ, ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਅੱਜ ਇਹ ਇੱਥੇ ਇਹ ਗੱਲ ਕਰਦੀ ਹਾਂ ਕਿ ਜੋ ਹਸ਼ਰ ਨਕੋਦਰ ਸ਼ਹਿਰ ਦਾ ਹੋਇਆ ਪਿਆ, ਸਾਰੇ ਨਕੋਦਰ ਦਾ 4 ਚੁਫੇਰਾ ਸੀਵਰੇਜ ਦੇ ਨਾਂ ਤੇ ਪੱਟਿਆ ਪਿਆ, ਜਿਹੜਾ 2-2, 4-4, 5-5 ਫੁੱਟ ਡੂੰਘੇ ਖੱਡੇ ਪਏ ਨੇ। ਉੱਪਰੋਂ ਗੰਨੇ ਦਾ ਸੀਜ਼ਨ ਆ ਗਿਆ। ਮੈਨੂੰ ਦੱਸੇ ਪ੍ਰਸ਼ਾਸਨ, ਮੈਨੂੰ ਦੱਸੇ ਕਮੇਟੀ, ਮੈਨੂੰ ਦੱਸੇ ਮੌਜੂਦਾ MLA ਤੇ ਮੈਨੂੰ ਦੱਸੇ ਚੰਨੀ ਸਰਕਾਰ ਕਿ ਜਦੋਂ ਇਹ ਟਰਾਲੀਆਂ ਉੱਥੋਂ 400-400 ਕੁਇੰਟਲ ਦੀਆਂ ਸੜਕਾਂ ਦੇ ਉੱਤੋਂ ਲੰਘਣਗੀਆਂ, ਉਹਦੇ ਵਿੱਚ ਜਾਨੀ ਨੁਕਸਾਨ ਵੀ ਹੋਏਗਾ, ਮਾਲੀ ਨੁਕਸਾਨ ਵੀ ਹੋਏਗਾ, ਉਹਦੀ ਭਰਪਾਈ ਕੌਣ ਕਰੂਗਾ? ਕਿਹੜੀ ਐਸੀ ਵਿਵਸਥਾ ਆ ਜਿਹਦੇ ਤਹਿਤ, ਕਿਹੜਾ ਐਸਾ ਕਾਨੂੰਨ ਆ ਕਿ ਤੁਸੀਂ ਮਹੀਨਿਆਂ ਦੇ ਹਿਸਾਬ ਦੇ ਨਾਲ ਸੜਕਾਂ ਪੱਟ ਪੱਟ ਕੇ ਸੁੱਟ ਦਿਓ? ਮੈਂ ਪਿਛਲੇ 20 ਸਾਲ ਤੋਂ ਸਿਆਸਤ ਦੇ ਵਿੱਚ ਆ ਔਰ ਪਿਛਲੇ 20 ਸਾਲ ਤੋਂ ਸੀਵਰੇਜ ਪਈ ਜਾਂਦਾ ਸ਼ਹਿਰ ਦਾ। ਦੁਕਾਨਦਾਰ ਆਪਣੇ ਦੁਕਾਨਾਂ ਤੇ ਬੈਠ ਕੇ ਮਿੱਟੀ ਫੱਕ ਕੇ ਤੁਰੇ ਜਾਂਦੇ ਆ, ਆਪਣਾ ਸਮਾਨ ਸਵੇਰ ਨੂੰ ਝਾੜਦੇ ਆ, ਦੂਜੀ ਵਾਰੀ ਸ਼ਾਮ ਨੂੰ ਝਾੜਦੇ ਆ, ਸਾਰੀ ਦਿਹਾੜੀ ਕਿੱਥੋਂ ਆਏਗਾ ਗ੍ਰਾਹਕ ਜਿੱਥੇ ਕੋਈ ਰੋਡ ਪੱਕੀ ਹੈ ਨਹੀਂ। ਕਾਨੂੰਨ ਵਿਵਸਥਾ ਦਾ ਹਾਲ ਤੁਸੀਂ ਦੇਖ ਲਓ। ਆਪਣੇ ਨੇੜੇ ਕਤਲ ਹੁੰਦੇ ਪਏ, ਸ਼ੰਕਰ ਦੇ ਵਿੱਚ 2 ਕਤਲ ਹੋ ਗਏ, ਅੱਜ ਇੱਧਰ ਮਹਿਤਪੁਰ ਸਾਈਡ ਦੇ ਉੱਤੇ ਇੱਕ ਕੋਈ ਕਤਲ ਕਰਕੇ ਪਿਛਲੇ 3-4 ਦਿਨਾਂ 'ਚ ਸੁੱਟ ਗਿਆ। ਕਾਨੂੰਨ ਵਿਵਸਥਾ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਆ। ਇਸ ਵੇਲੇ ਵਪਾਰੀਆਂ ਦੀ ਹਾਲਾਤ ਦੇਖਣ ਯੋਗ ਆ ਕਿ ਹਰ ਇਨਸਾਨ ਤਰ੍ਹਾਂ ਤਰ੍ਹਾਂ ਕਰਦਾ, ਔਰ ਇਹ ਸਾਰੀਆਂ ਨੀਤੀਆਂ, ਸਾਰੀਆਂ ਪਾਲਿਸੀਆਂ ਜਿਹੜੀਆਂ ਇਹ ਸਾਨੂੰ ਸਿਰਫ ਤੇ ਸਿਰਫ ਸਾਡੇ ਕੇਜਰੀਵਾਲ ਸਾਹਿਬ ਦੇ ਸਕਦੇ ਆ। ਉਹ ਪੰਜਾਬ ਦੇ ਵਿੱਚ CM ਚਿਹਰਾ ਕਿਹਨੂੰ ਲਾਉਂਦੇ ਨੇ? ਕਹਿ ਰਹੇ ਨੇ ਵਾਰ ਵਾਰ ਕਿ ਪੰਜਾਬ ਦੇ ਵਿੱਚ CM ਚਿਹਰਾ ਪੰਜਾਬ ਤੋਂ ਹੋਏਗਾ। ਸਾਨੂੰ ਉਹਨਾਂ ਦੀ ਸੋਚ ਤੇ, ਸਾਨੂੰ ਉਹਨਾਂ ਦੇ ਭਰੋਸੇ ਤੇ ਭਰੋਸਾ ਕਰਨਾ ਚਾਹੀਦਾ। ਉਸ ਚੀਜ਼ ਨੂੰ ਨਾ ਲੈ ਕੇ ਅਸੀਂ ਸਿਰਫ ਤੇ ਸਿਰਫ ਆਪੋ ਆਪਣੇ ਇਲਾਕੇ ਦੇ ਵਿੱਚ, ਆਪੋ ਆਪਣੇ ਗਲੀਆਂ ਮੁਹੱਲਿਆਂ ਦੇ ਵਿੱਚ, ਆਪਣੇ ਆਪਣੇ ਪੂਰੇ ਏਰੀਏ ਦੇ ਵਿੱਚ ਆਪਾਂ ਇਸ ਸਕੀਮਾਂ ਨੂੰ, ਸਾਰੀਆਂ ਨੂੰ, ਉਹਨਾਂ ਦੀ ਸੋਚ ਨੂੰ ਲੈ ਕੇ ਜਾਣਾ। ਆਉਣ ਵਾਲੇ ਸਮੇਂ ਦੇ ਵਿੱਚ ਵੋਟਰ ਤਿਆਰ ਬੈਠਾ, ਮੈਨੂੰ ਪਤਾ ਮੈਂ ਰੋਜ਼ ਪਿੰਡਾਂ ਦੇ ਵਿੱਚ ਜਾਂਦੀ ਹਾਂ, ਪਰ ਉਹਨੂੰ ਹੋਰ ਮਜ਼ਬੂਤੀ ਕਿਵੇਂ ਦੇਣੀ ਹੈ? ਉਹਨੂੰ ਕਾਂਗਰਸ ਜਾਂ ਅਕਾਲੀਆਂ ਦੇ ਭੁਚੜਾਵੇ ਤੋਂ ਬਚਾ ਕੇ ਕਿਵੇਂ ਰੱਖਣਾ? ਇਹ ਸਾਡਾ ਸਾਰੇ ਅਹੁਦੇਦਾਰ ਸਾਹਿਬਾਨਾਂ ਦਾ, ਹਰ ਇਨਸਾਨ ਦਾ ਆਪੋ ਆਪਣਾ ਫਰਜ਼ ਬਣ ਗਿਆ। ਦੂਸਰੀ ਸਾਡੀ ਵੱਡੀ ਸਮੱਸਿਆ ਜਿਹੜੀ ਨਕੋਦਰ ਦੀਆਂ ਸਮੱਸਿਆਵਾਂ ਦਾ ਕੋਈ ਅੰਤ ਨਹੀਂ ਹੈਗਾ, ਕਿਉਂਕਿ ਕੋਈ ਪਲੈਨਿੰਗ ਨਹੀਂ ਹੈਗੀ, ਕੋਈ ਮਾਸਟਰ ਪਲਾਨ ਨਹੀਂ ਬਣਿਆ, ਕੋਈ ਆਵਾਜਾਈ ਦਾ, ਟ੍ਰੈਫਿਕ ਦਾ ਕੋਈ ਸਾਧਨ ਹੈ ਨਹੀਂ, ਕੋਈ ਕਾਰ ਪਾਰਕ ਹੈ ਨਹੀਂ, ਕੋਈ ਲੋਕਾਂ ਦੇ ਘੁੰਮਣ ਫਿਰਨ ਵਾਸਤੇ ਕੋਈ ਪਾਰਕ ਹੈ ਨਹੀਂ। ਹਫ਼ਤਾ ਇੱਕ ਹੋਇਆ ਕਿ ਮੈਂ ਹੌਸਪੀਟਲ ਰੋਡ ਦੇ ਉੱਤੋਂ ਆ ਰਹੀ ਸੀ, ਮੈਂ 20 ਮਿੰਟ ਹਸਪਤਾਲ ਦੇ ਸਾਹਮਣੇ ਟ੍ਰੈਫਿਕ ਦੇ ਵਿੱਚ ਫਸੀ ਰਹੀ। ਹੁਣ ਤੁਸੀਂ ਸੋਚੋ ਕਿ ਹਸਪਤਾਲ ਦਾ ਅੱਗੇ ਉੱਥੇ ਕਿਸੇ ਐਂਬੂਲੈਂਸ ਨੇ ਆਉਣਾ, ਕਿਸੇ ਨੇ ਪੇਸ਼ੈਂਟ ਸਕੂਟਰ 'ਤੇ ਲੈ ਕੇ ਆਉਣਾ, ਕਿਸੇ ਨੇ ਪੇਸ਼ੈਂਟ ਗੱਡੀ 'ਤੇ ਲੈ ਕੇ ਆਉਣਾ, ਦੱਸੋ ਇਹ ਹਸ਼ਰ ਦਾ ਕੀ ਹੋਏਗਾ? ਨੂਰਮਿਲ ਦੇ ਵਿੱਚ ਵੀ ਵਪਾਰ ਦਾ ਵੀ ਇਹੀ ਹਾਲ ਆ, ਨੂਰਮਿਲ ਦਾ ਸਿਸਟਮ ਦਾ ਵੀ ਇਹੀ ਹਾਲ ਆ, ਨੂਰਮਿਲ ਦੇ
सीवरेज का भी यही हाल आ। और उत्थे हस्पताल की तुसी जे सोचो किड्डा वड्डा टाउन आ, किन्ना इलाका उन्हूं लगदा, ते तुसी कदी नूरमहल के हस्पताल दे विच तुहानूं पैरासीटामोल की गोली नहीं मिल सकती। इन्ना बुरा हाल जिहड़ा ओह नूरमहल के हस्पताल का। और तीसरा उत्थे सरकारी स्कूल बन लगा सी और कमेटियां दे सरकारां दे लॉजिक देख लो छप्पड़ दे विच स्कूल बनाउण लगे सी, जमीन अक्वायर नहीं करनी है, छप्पड़ च स्कूल बनाउण लगे सी, स्कूल नूं स्टे हो गई, गल खत्म हो गई। दूसरे पासे बिलगा है, बिलगा एक इतिहासक अपना नगर है, पंजवें पातशाह की शोह प्राप्त नगर है। उस इतिहासक नगर वाल कोई मूँह नहीं करता कि उत्थे दे लोकां नूं तो उत्थों की जनता नूं की तकलीफां ने, अज तक किन्नियां सरकारां आईयां किन्नियां गईयां, रिंग रोड तक नहीं बना सके। ये सारिया समस्यावां आपां पहल दे आधार ते सारे शहरां दे पिंडां दे मास्टर प्लान तैयार करांगे, उहदे हिसाब दे नाल आपां ये तरक्की नूं अगे लैके जाणा, क्योंकि केजरीवाल साहब नूं काम करना आउंदा। ਉਹ ਝੂਠ ਨਹੀਂ ਬੋਲਦੇ, ਉਹ ਲੋਕਾਂ ਨੂੰ ਝੂਠੇ ਵਾਅਦੇ ਨਹੀਂ ਕਰਦੇ, ਉਹ ਲੋਕਾਂ ਦੇ ਭਾਵਨਾਵਾਂ ਦੇ ਨਾਲ ਖਿਲਵਾੜ ਨਹੀਂ ਕਰਦੇ, ਜਿਵੇਂ ਚੰਨੀ ਨੇ ਕੀਤਾ ਪੰਜ ਪੰਜ ਮਰਲੇ ਦੇ ਪਲਾਟ। ਜੇ ਕਿਸੇ ਨੂੰ ਮਿਲਿਆ ਤਾਂ ਦੱਸ ਦਿਓ, ਜੇ ਕਿਸੇ ਨੂੰ ਮਿਲਣ ਦੀ ਸੰਭਾਵਨਾ ਆ ਤਾਂ ਵੀ ਦੱਸ ਦਿਓ। 60% ਪੰਜਾਬ ਦੀਆਂ ਪੰਚਾਇਤਾਂ ਦੇ ਕੋਲ ਪੰਚਾਇਤੀ ਜ਼ਮੀਨ ਨਹੀਂ ਹੈ, ਕਿੱਥੋਂ ਲਿਓਗੇ ਪਲਾਟ? ਇਹ ਸਾਰੇ ਧੋਖੇ, ਇਹ ਸਾਰੇ ਫਰੇਬ ਜਿਨ੍ਹਾਂ ਚੋਂ ਆਪਾਂ ਬਾਹਰ ਨਿਕਲਣਾ, ਇਹਨਾਂ ਸਾਰੇ ਫਰੇਬਾਂ ਚੋਂ ਬਾਹਰ ਨਿਕਲ ਕੇ ਦਿਨ ਰਾਤ ਆਪਾਂ ਆਮ ਆਦਮੀ ਪਾਰਟੀ ਵਾਸਤੇ ਕੰਮ ਕਰਨਾ ਤੇ ਆਪਾਂ ਆਪਣੇ ਇਲਾਕੇ ਨੂੰ ਮਜ਼ਬੂਤ ਕਰਨਾ। ਇੱਕ ਵਾਰੀ ਮੈਂ ਆਪਣੇ ਸਾਰੇ ਹੀ ਅਹੁਦੇਦਾਰ ਸਦਰ ਪ੍ਰਧਾਨ ਡਿਸਟ੍ਰਿਕਟ ਦੇ ਪ੍ਰਧਾਨ ਜਿੰਨੇ ਵੀ ਆ ਮੇਰੇ, ਆਪਾਂ ਇੱਕ ਮੁੱਠ ਹੋਣਾ। ਇੱਕ ਮੁੱਠ ਹੋਣ ਦਾ ਮਤਲਬ ਇੱਕ ਮੁੱਠ ਹੋ ਕੇ ਮੋਦੀ ਨੂੰ ਝੁਕਾ ਲਿਆ, ਜਿਹੜਾ ਦੁਨੀਆ ਦੇ ਵਿੱਚ ਏਡੀ ਕੁ ਹੈਂਕੜ ਰੱਖਦਾ ਸੀ ਕਿ ਮੋਦੀ ਆਪਣਾ ਕਿਹਾ ਨਹੀਂ ਮੋੜ ਸਕਦਾ। ਉਸ ਇੱਕ ਜੱਟਾ ਖੇਤ ਕਿਸਾਨ ਤੇ ਮਜ਼ਦੂਰਾਂ ਨੇ ਮਿਲ ਕੇ ਮੋਦੀ ਨੂੰ ਚੁਕਾ ਲਿਆ, ਖੇਤੀ ਕਾਨੂੰਨ ਰੱਦ ਹੋ ਗਏ। ਅੱਜ ਸੰਸਦ ਦੇ ਵਿੱਚ ਵੀ ਖੇਤੀ ਕਾਨੂੰਨ ਰੱਦ ਹੋ ਗਏ, ਇਦੋਂ ਵੱਡੀ ਖੁਸ਼ੀ ਕੋਈ ਨਹੀਂ। ਪਰ ਜਿਹੜੇ ਸਾਡੇ 700 ਜ਼ਿਮੀਂਦਾਰ ਜਾਂ 700 ਦੇ ਵਿੱਚ ਮਜ਼ਦੂਰ ਭਰਾ ਬੀਬੀਆਂ ਜਿਹੜੇ ਸ਼ਹੀਦ ਹੋ ਗਏ, ਅੱਜ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਸਾਨੂੰ ਹੋਰ ਸਿਰ ਉੱਚਾ ਹੋ ਗਿਆ ਕਿ ਉਹਨਾਂ ਦੀ ਕੁਰਬਾਨੀ ਜਿਹੜੀ ਜ਼ਾਇਆ ਨਹੀਂ ਗਈ। ਪਰ ਇਨਸਾਨ ਧਰਤੀ ਤੋਂ ਚਲਿਆ ਜਾਂਦਾ, ਮੁੜ ਕੇ ਨਹੀਂ ਆਉਂਦਾ। ਇਹ ਜਾਨਾਂ ਬਚਾਈਆਂ ਜਾ ਸਕਦੀਆਂ ਸੀ ਜੇ ਮੋਦੀ ਆਪਣੀ ਇਸ ਹੈਂਗੜ ਦੇ ਵਿੱਚ ਨਾ ਰਹਿੰਦਾ, ਪਰ ਉਹਨੂੰ ਝੁਕਣਾ ਪੈਣਾ ਸੀ। ਇਹ ਪੰਜਾਬ ਹੈ, ਇਹ ਮੁਲਕਾਂ ਦੇ ਉੱਤੇ ਰਾਜ ਕਰਨ ਦੇ ਸਮਰੱਥ ਹੈ, ਇਹ ਸਰਹੱਦੀ ਸੂਬਾ, ਇਹਦੀ ਗੈਰਤ ਅਜੇ ਮਰੀ ਨਹੀਂ, ਜਿਉਂਦੀ ਹੈ, ਇਹ ਪੂਰੇ ਮੁਲਕ ਨੂੰ ਨਾਲ ਲੈ ਕੇ ਚੱਲਣ ਦੇ ਸਮਰੱਥ ਹੈ। ਇੰਨਾ ਕੁਛ ਕਹਿੰਦੀ ਹੋਈ, ਕਿਉਂਕਿ ਸਮਾਂ ਬੜਾ ਹੋ ਗਿਆ, ਤੁਸੀਂ ਸਾਰੇ ਕਾਹਲੇ ਹੋ। ਅਗਲਾ ਜਿਹੜਾ ਪ੍ਰੋਗਰਾਮ ਹੈ ਉਹ ਸਟੇਟ ਸੈਕਟਰੀ ਸਾਹਿਬ ਦੱਸਣਗੇ। ਤੁਹਾਡਾ ਇੱਥੇ ਸਭ ਦਾ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ, ਅਤੇ ਪਾਰਟੀ ਵਾਸਤੇ ਮਜ਼ਬੂਤੀ ਲਈ ਕੰਮ ਕਰਨਾ। ਜਿਹੜੇ ਮੇਰੇ ਵੀਰ ਜਾ ਰਹੇ ਆ ਉਹ 5 ਮਿੰਟ ਦਾ ਸਮਾਂ ਹੋਰ ਦੇ ਦਿਓ, ਚੀਮਾ ਜੀ ਤੁਹਾਡੇ ਨਾਲ ਰਾਬਤਾ ਕਰਨਗੇ, ਅਤੇ ਤੁਹਾਡੀ ਕੋਲੋਂ ਤੁਹਾਡੀ ਜੇ ਕੋਈ ਸਮੱਸਿਆ ਆ ਤੁਹਾਨੂੰ ਮਾਈਕ ਦਿੱਤਾ ਜਾਊਗਾ। ਜੇ ਬੀਬੀਆਂ ਨੇ ਕੋਈ ਗੱਲ ਕਰਨੀ ਆ, ਵਰਕਰਸ ਨੇ ਕੋਈ ਗੱਲ ਕਰਨੀ ਆ, ਕਿਸੇ ਨੇ ਵੀ ਕੋਈ ਗੱਲ ਕਰਨੀ ਹੋਵੇ, ਤਾਂ ਉਹ ਚੀਮਾ ਜੀ ਦੇ ਨਾਲ ਆਪਣੀ ਰਾਬਤਾ ਕਾਇਮ ਕਰ ਸਕਦਾ, ਤੁਹਾਨੂੰ ਮਾਈਕ ਦਿੱਤਾ ਜਾਊਗਾ ਜੀ।